ਇਹਨਾਂ ਨੇ ਚੇਂਜ ਕਰਾਈ ਵੀਡੀਓ ਬੰਦੀ ਪਈ ਹੈ ਉਹ ਹੁਣ ਨਹੀਂ ਜਾ ਕਿੱਚਾ ਜਾ ਰਿਹਾ ਮਰੇ ਜਾ ਇਸ ਮੰਜ਼ਿਲ ਵੱਲ ਜਾਣ ਗਈਆਂ ਫੜ ਲਈਆਂ ਦੋਰਾਵਾਂ ਉਹ ਪਿੱਲਰ ਕੋਲ ਭਾਜੀ ਆਇਓ ਜਰਾ ਕੀ ਹੋਇਆ हेलो दोस्तों, हरे कृष्णा। तो कैसे हो आप सब? होप आप सब अच्छे होंगे। मैं तैयार होके बस निकल रहा हूँ। अभी सारा काम मैंने डन कर लिया है, जो भी आज का था, जितना भी जो भी कुछ करना था मैंने कर लिया। बस अभी वीडियो स्टार्ट कर रहा हूँ। मैं जाना एक जगह पे, कुछ सरप्राइज है, बस बने रहना। तो भाई मैं आ गया हूँ गाड़ी में, घर वाले आ रहे हैं। बस मैं गाड़ी में आगे बैठ गया हूँ क्योंकि मुझे पता है अगर मैं गाड़ी में जाऊंगा तो ही वो जल्दी आएंगे, जल्दी जल्दी करेंगे, वरना ऊपर ही बैठे रहेंगे, तैयार होने लगते रहेंगे। तो भाई निकल गए हम, अभी लाइटों पर पहुंचे हैं। अभी हम रुके हैं एक मार्केट में, केक लेने के लिए ऑर्डर दे रखा था, उसका केक लेने के लिए रुके हैं। तो यार आपको मैं बता ही देता हूँ, आज है धीर का बर्थडे, मतलब आज नहीं है, 12 बजे के बाद है का बर्थडे, मतलब कल को बर्थडे है उसका। तो हम जा रहे हैं सरप्राइज देने के लिए, सरप्राइज पार्टी। फ्रेंड्स वगैरह भी आ रखे हैं उसके सारे। केक बस ध्यान ना फड़ के बैठी हो, मैंने तो आवा डर लग रहा है यार भाई, बहुत ध्यान से चलानी पड़ेगी गाड़ी। डब्बा तो बड़े पर होली हल्का, मतलब थोड़ा सा चक लियो, गोदी जो रखियो क्योंकि मोड़ आ रहे हैं भाई। एक जगह और रुकना है अभी, चकता है ना, कम कर दियो चकता, कितने हो रही गेम पैजे केक दा होते जाके वीर बोले आ वीरे खिचड़ी लेके आए सी यार। तुसी मैं ले आ दे, मैंने फड़ा दे केक उठा रखे अपने, चलो चलते हैं। आ बंद कर दे, ते चाबी पीछे पई है मेरी जेब च। जय हो लड्डू पाल जी, बैठे हैं। जय हो लड्डू पाल जी, जय हो। वाह भाई वाह, सही है, मतलब हैप्पी बर्थडे लिखाता बीड है, लेकिन सही है यार। मैं वही डर सीगा मैं कि भाई टेढ़ा मेढ़ा ना हो जाए, बस सही हो गया। ओके ओके, रिपोर्ट है भाई, सही सलामत आ गया। ਡਰ ਸੀਗਾ ਮੈਂ ਯਾਰ ਹਿੱਲ ਨਾ ਜਾਏ। ਕਿੱਥੇ ਪੀ ਦਿਖਾਈ, ਪੀ ਕਿੱਥੇ, ਪੀ ਕਿੱਥੇ ਵੀਰੇ, ਪੀ ਫਾੜਤਾ ਭਾਈ, ਪਹੁੰਚ ਗਿਆ ਤਾ ਮੈਂ ਭਾਈ, ਪੀ ਫਾੜ, ਪੀ ਫਾੜਤਾ ਹੁਣ, ਪੀ ਮੰਗਾ ਲੈਂਦਾ ਵਾ। ਲੋ ਸਿੰਗਲ ਮਿਲ ਜਾਏਗਾ, ਸਿੰਗਲ ਮਿਲ ਜਾਏਗਾ, ਮਿਲ ਜਾਂਦਾ ਪੀ, ਪੀ ਫਾੜਤਾ ਮਾਰ ਮਾਰ ਵਿਚਕਾਰ। ਵਾਰੇ ਫੁਲਾਏ ਜਾ ਰਹੇ ਹੈ, ਵੀਰੇ ਨੇ ਸਾਡੇ ਨੇ ਪੀ ਫਾੜਤਾ। ਉਹ ਹੈ ਤਾਂ ਹੈ ਪੀ ਆ ਰਿਹਾ, ਅੱਛਾ ਡਬਲ ਪੀ, ਹੈਪੀ ਡਬਲ ਆਉਂਦਾ ਪੀ, ਸੋਰੀ ਇਹ ਪੀ ਦੀ ਲੰਕਾ ਲਾਤੀ ਉਹਨਾਂ ਨੇ। ਬਰਥਡੇ ਬੁਆਏ ਨੂੰ ਹਜੇ ਪਤਾ ਨਹੀਂ ਹੈ, ਯਾਤਰਾ ਤੇ ਗਏ ਹੋਏ ਬਰਥਡੇ ਬੁਆਏ, ਪਤਾ ਨਹੀਂ ਉਹਨਾਂ ਨੂੰ ਕਿਹੜੇ ਤਿਆਰੀਆਂ ਚੱਲ ਰਹੀ। ਹਾਂ ਏਦਾਂ ਹੀ ਕਰਨਾ, ਏਦਾਂ ਹੀ, ਹਾਂ ਵੀਡੀਓ ਵੀਡੀਓ ਬਣਨੀ ਚਾਹੀਦੀ ਨਾ, ਪਤਾ ਲੱਗੇ ਕਿ ਵੀਰ ਨੂੰ ਮਿਹਨਤ ਚੱਲ ਰਹੀ ਹੈ, ਮਿਹਨਤ ਏਦਾਂ ਹੋ ਰਹੀ ਹੈ। ਆਹ ਕਿਹੜਾ ਸਟਾਈਲ ਹੈ, ਮਿਹਨਤ ਵੀਰੇ ਬਹੁਤ ਚੱਲ ਰਹੀ ਹੈ, ਵਿੱਚ ਵਿੱਚ ਗੁਬਾਰੇ ਫਾੜ ਦਿੱਤੇ ਇਹਨਾਂ ਨੇ ਯਾਰ, ਤੁਸੀਂ ਰਹਿੰਦੇ ਖੁਦ ਹੀ ਪੜਵਾ ਲੈਣੇ ਲੱਗਿਆ ਹੋਇਆ ਬਾਈ, ਕੋਈ ਗੱਲ ਨਹੀਂ, ਵੀਡੀਓ ਬਣਨੀ ਚਾਹੀਦੀ ਬਾਈ, ਮਿਹਨਤ ਕੀਤੀ ਹੈ ਮੁੰਡੇ ਨੇ। ਲੈ ਚੱਕ ਪੋਤੇ ਪੋਤ ਬਾਈ, ਦੂਸਰਾ ਪੀ ਵੀ ਪਾੜ ਦਿਆ ਤਾਂ, ਅਗਲਾ ਪੀ ਆ ਗਿਆ, ਲੈ ਚੱਕੋ ਆਪਾਂ ਚੱਲੇ ਉੱਪਰ ਲੋਹੜੀ ਮਨਾਉਣ ਦੁਬਾਰਾ। ਓ ਸੋਰੀ, ਪਹਿਲਾਂ ਲੋਹੜੀ ਆਈ, ਸੋਰੀ ਭੁੱਲ ਗਿਆ ਸੀ ਮੈਂ। ਅੱਛਾ ਐਕਚੁਅਲੀ ਵੀਰ ਹੈ ਨੀ, ਵੀਰ ਗਿਆ ਹੋਇਆ, ਵੀਰ ਕਿੱਥੇ ਗਿਆ? ਗੁਬਾਰੇ ਫੁੱਟਣ ਲੱਗ ਜਾਣੇ, ਇਸ ਕਰਕੇ ਉੱਪਰ ਅੱਗ ਲਾ ਕੇ ਬੈਠਾਂਗੇ ਮਜ਼ੇ ਨਾਲ। ਲਾਟਾਂ ਕਾਫੀਆਂ ਚੱਲ ਗਈਆਂ, ਚੱਲ ਰਹੇ ਆ ਉਰੇ ਗਾਣੇ, ਦਸੰਬਰ ਦੇ ਆਖਰੀ ਦਿਨ ਚੱਲ ਰਹੇ, ਮੈਂ ਕਿਹਾ ਹੋਣਾ ਚਾਹੀਦਾ ਕੁਛ ਵਧੀਆ। ਹੁਣੀਏ ਜੇ ਤੇਰੇ ਨਾਲ ਹੀ ਤਗਾ ਮੈਂ ਕਮਾਵਾਂ, ਨੀ ਰੱਬ ਕਰੇ ਮੈਂ ਮਰ ਜਾਵਾਂ। ਨਦੀਆਂ ਸ਼ੁਰੂ ਹੋ ਗਈਆਂ ਭੂਤਾਂ ਦੀਆਂ ਗੱਲਾਂ, ਇਹ ਸਾਰੇ ਮੈਨੂੰ ਲੱਗਦਾ ਮੈਂ ਤਾਂ ਨੀਚੇ ਵੀ ਨਹੀਂ ਜਾ ਸਕਦਾ ਫਿਰ। ਆਖੇ ਜੋ ਤੇਰੀ ਦੇਖੀ ਸ਼ਰਾਬੀ ਏ ਦਿਲ ਹੋ ਗਿਆ, ਸੰਭਾਲੋ ਮੁਝ ਕੋ ਓ ਮੇਰੇ ਯਾਰੋ, ਸੰਭਲਣਾ ਮੁਸ਼ਕਿਲ
गया किस मंजिल वल जान गिया फड़ लिया जो रवा कादियां ने फड़ दिते ने अद मरिया ने छावा हाड़ दी हवावां उत्ते बदल दिया छावां उत्ते कादियां ने दावेदारियां तेरे ते गिलाए सानू पागला दिलावे कानू लावेया तू यारियां हरी बरसी खटन गया सी खट के ले आंदे टोए बोए बोए प्रचित भाई उरे आ यार कल्ले यार यार वो की है यार ਮਤਲਬ ਕੀ ਓਏ ਮਲਕੀਤ ਵੀਰ ਆਗੇ ਦੇਖੋ ਆਗੇ ਚੀਜ਼ ਆ ਕਿੱਥੇ ਵਾ ਉਹ ਦੇਖੋ ਲਾਈਟ ਲਾਈਟ ਕੋਲ ਯਾਰ ਆ ਦੇਖੋ ਯਾਰ ਉਹ ਪਿਲਰ ਕੋਲ ਵਾ ਭਾਜੀ ਆਇਓ ਯਾਰ ਕੀ ਹੋਇਆ ਯਾਰ ਆ ਹਾਂ ਆ ਕੀ ਚੀਜ਼ ਆ ਕੈਮਰੇ ਦਾ ਰਿਫਲੈਕਟ ਲਵਲੀ ਹੋ ਰਿਹਾ ਹੈ ਦੇਖੀ ਕੀ ਹੋ ਗਿਆ ਭਰਾਵਾ ਡਰਾਈ ਜਾ ਰਿਹਾ ਉਹ ਉਹ ਦਾਨਿਸ਼ ਨੇ ਕੱਲ ਕਿਹਾ ਵੀ ਸੀ ਉੱਥੇ ਕੁਝ ਹੈਗਾ ਇਹਨੂੰ ਨਹੀਂ ਪਤਾ ਇਹਨੂੰ ਨਾ ਦੱਸ ਦਿਓ ਇਹਨੂੰ ਕੀ ਹੋਇਆ ਖਤਰਨਾਕ ਲੁੱਕ ਨਾ ਦੇ ਕੌਣ ਹੋ ਭਾਈ ਉਹ ਤੈਨੂੰ ਕੀ ਹੋ ਗਿਆ ਮੇਰਾ ਇੱਕ ਵੱਜ ਗਿਆ ਵੀਰ ਹਜੇ ਤੱਕ ਨਹੀਂ ਆਇਆ ਕੁਛ ਅਦਾ ਬਤਾ ਰਹੀਆਂ ਤੁੰਦਾ ਸਿਰ ਤੱਕ ਛਾ ਗਿਆ ਪੂਰੀਆਂ ਉਹ ਹੌਲੀ ਬੋਲੋ ਇਹ ਲੋਕਾਂ ਨੂੰ ਤਾਂ ਚਲੋ ਭਾਈ ਨੀਚੇ ਚਲਤੇ ਹੈ मेरे को एडिटिंग भी करनी है यार आज एडिटिंग करके फिर सोना है और धुंध इतनी ज़्यादा होगी मेरे को तो लगता नहीं मैं वापस घर जा पाऊंगा अभी बहुत धुंध होगी आज ही होनी थी बहुत ज़्यादा धुंध कैसे कैसे आ रही है दिख रही है आपको ये हल्की हल्की सी मेरे धुंध बहुत आ रही है यार देख तो सही कैमरे की में आ रही है देख की में ना हालो चक्को इन्हें ला ली एट्थ नाइट अठवीं रात हूँ डराना शुरू करता वीर की वेट करते करते हैप्पी बर्थडे बैठे है मूवी देख हम मूवी देखने लग गए सोना नहीं अजय क्योंकि जो सो गए ਫਿਰ ਸਰਪ੍ਰਾਈਜ਼ ਨਹੀਂ ਦਿੱਤਾ ਜਾਣਾ ਯਾਰ ਕੋਰੀਅਨ ਮੂਵੀ ਲਾ ਲਈ ਉਹ ਲੈ ਹੈ ਹੀ ਨਹੀਂ ਹੈਗੀ 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 ਹਿੰਦੀ ਹਿੰਦੀ ਹੈਗੀ ਹੈਗੀ ਤੁਹਾਡੀ ਲੈਂਗੁਏਜ ਚਲੋ ਦੇਖ ਅਸੀਂ ਦੇਖ ਸਕਦੇ ਆ ਆਪਾਂ ਦੇਖ ਸਕਦੇ ਆ ਨਹੀਂ ਤਾਂ ਔਖਾ ਹੋ ਗਿਆ ਦੀ ਤਾਂ ਹੋਰ ਆ ਦੇ ਲੈ ਵੀਰੇ ਬਰਥਡੇ ਦੁਲਦਾ ਵੇ ਆ ਦੇ ਲੈ ਵੀਰੇ ਟਾਈਮ ਦੇਖ ਲਓ 1:15 ਹੋ ਗਿਆ ਤੀਜੀ ਮੂਵੀ ਚੇਂਜ ਕਰਤੀ ਇਹਨਾਂ ਨੇ ਤੀਜੀ ਮੂਵੀ ਚੇਂਜ ਕਰਤੀ ਇਹ ਵੀ ਸਪੈਨਿਸ਼ ਲਈ ਹੈ ਸਮਝ ਵੀ ਨਹੀਂ ਆਣੀ ਤੇ ਲਿਖੀ ਵੇ मतलब कि समझा नहीं मैं दोबारा बोल क्या था नहीं नहीं अच्छा मैं पहला शॉट लेता कि मैं कि इन्होंने तीजी मूवी ला ली दो बज गए अच्छा अच्छा ये करना मैं टिड अंदर कर लिया है पहला बाहर सीगा है अच्छा ठीक है ठीक है मेरे दोस्त ये कहता कि दोबारा ले लो मैं चल दोबारा ले लेंगे और नेचुरल नेचुरल और नेचुरल कर लीडियो बना खिंचा जा रहा दिखाना जरूरी है बहुत जरूरी है ਅਜੇ ਸਰਪ੍ਰਾਈਜ਼ ਦੇਣਾ ਸੀਗਾ ਵੀਰ ਨੇ ਸਾਨੂੰ ਦਿੱਤਾ ਥੈਂਕ ਯੂ ਭਾਜੀ ਆ ਸਹੀ ਗੱਲ ਹੈ ਵੀਰੇ ਇਸ ਵਾਰ ਕੇਕ ਕਟਵਾਉਂਦਾ ਥੈਂਕ ਯੂ ਯਾਰ ਨਹੀਂ ਯਾਰ ਭਾਜੀ ਗੱਲ ਹੈ ਇਸ ਵਕਤ ਕੇਕ ਕਟਾਉਂਦਾ ਯਾਰ 5 ਵਜ ਗਏ ਸਵੇਰ ਦੇ ਵੀਰੇ ਸਾਰਿਆਂ ਨੇ ਆਪਣੇ ਆਪਣੇ ਕੱਪੜੇ ਲਾ ਕੇ ਨਾ ਨਾਈਟ ਸੂਟ ਪਾ ਲਏ ਸੀ ਸਾਡੇ ਨਾਲ ਹੀ ਸਰਪ੍ਰਾਈਜ਼ ਹੋ ਗਿਆ ਆਪ ਲੋਕ ਕੇਕ ਲੈ ਕੇ ਆ ਰਹੇ ਹੋ ਹਾਂ ਕਿਹਾ ਸੀਗਾ ਨਾ ਲਾਸਟ ਵਲੌਗ ਦੇ ਵਿੱਚ ਕੇਕ ਲੈ ਕੇ ਆਇਓ 5 ਵਜੇ ਤਾਂ ਯਾਰ ਸਾਨੂੰ ਉਠਾਇਆ ਬੁਰਾ ਹਾਲ ਹੋ ਗਿਆ ਬਸ ਤੂੰ ਖਾ ਤੂੰ ਖਾ चलो निकलिए फिर रस्ते च मिलते हैं रस्ते च क्या बस घर ही मिलते हैं हूं आप बाली ठंड है यार टाइम देखो 5:30 हाल चक आ देखो 5:30 है मेरे आ है पीक दिसंबर दे आखिरी दिन पीक दिन चल रहे हैं
बस चंडीगढ़ में भी ऐसा ही बड़े मजा आ जाएगा तब भाई। अभी सबकी कुकी चिता है, सबका दिल कर रहा है सो जाए। बस चंडीगढ़ पहुंच गए हैं। चंडीगढ़ में भी यार पूरी धुंध है, पूरी मेरे को लगा चंडीगढ़ में नहीं होगी, चंडीगढ़ में धुंध है, मतलब स्टार्ट होगी भाई धुंध पड़नी। घर पहुंचने के बाद बस अभी मेरे को आजकल थोड़ा गर्म पानी पीने की कोशिश करता हूँ कि गर्म पानी पीऊँ, बस वो गर्म पानी करने के लिए आया हूँ मैं। घर वाले सो गए हैं, रेस्ट कर रहे हैं और 6 बज गए भाई पूरे। अभी रूम में चल के दिखाता हूँ, अब मैं बैठूंगा एडिटिंग करने के लिए, और क्योंकि अगर अब सो गया ना मैं तो दिक्कत हो जाएगी, सुबह उठ के एडिटिंग नहीं होगी। अब सुबह 1:30-2:30 पता नहीं कितने बजे उठूंगा, और 6 बजे का ब्लॉग टाइम है, तो अभी एडिट करके फिर सोऊंगा। जब सोने लगूंगा तब बता दूंगा आपको मैं। अब सोने का टाइम हो गया, व्लॉग को यहीं पे समाप्त करता हूँ मैं। टाइम देखो, दिख रहा है कितना हो गया, 7:30। अभी बस वीडियो लास्ट एडिट की है, एडिट करने के लिए बैठा था, मैंने कहा चलो एडिट कर देता हूँ। सुबह का पता ही है यार, कब हो कब नहीं हो, आपने भी देखना है व्लॉग। तो ठीक है, अगर वीडियो पसंद आई हो यहाँ तक पहुँचे हो तो लाइक शेयर सब्सक्राइब जरूर करना, आगे भी शेयर करना यार, अपने दोस्तों को शेयर करना, मैं लगा हूँ अपनी मेहनत करने के लिए। तो मिलते हैं कल नए व्लॉग के साथ, तब तक के लिए बाय बाय, हरे कृष्ण।